ਜਿੱਥੇ ਮਾਇਆ ਦਾ ਪ੍ਰਭਾਵ ਕਬੂਲ ਕਰ ਲਿਆ ਨਾ ਸਿੱਖਾਂ ਨੇ, ਇਹੀ ਕੁਛ ਹੋਊਗਾ। ਗੁਰੂ ਘਰ 'ਚ ਵੀ ਜਿਹੜਾ ਕਲੇਸ਼ ਰਿਹਾ ਮਾਇਆ ਕਰਕੇ ਰਿਹਾ, ਉਹ ਮਾਇਆ ਛੱਡ ਕੇ ਚਲੇ ਜਾਂਦੇ ਸੀ। ਜਿਹੜਾ ਮਨਮੁੱਖ ਹੁੰਦਾ ਸੀ ਉਹਨੂੰ ਮਾਇਆ ਦੇ ਦਿੰਦੇ ਵੀ ਤੂੰ ਲੈ ਲੈ ਭਾਈ ਮਾਇਆ, ਲੜੇ ਨਹੀਂ, ਪਰ ਪੰਜੇ ਪਾਤਸ਼ਾਹ ਲੜੇ ਨਹੀਂ, ਮੂੰਹ ਬੋਲ ਕਬੋਲ ਨਹੀਂ ਬੋਲੇ, ਚੁੱਪ ਕਰਕੇ ਅੰਮ੍ਰਿਤਸਰ ਛੱਡ ਕੇ ਪਰੇ ਹੋ, ਝਗੜੇ 'ਚ ਨਹੀਂ ਪਏ। ਪ੍ਰਿਥੀ ਚੰਦ ਚਾਹੁੰਦਾ ਸੀ ਝਗੜੇ 'ਚ ਪੈਣਾ, ਨਹੀਂ ਪਏ, ਪਾਸੇ ਹੋ। ਸੰਗਤ ਉੱਥੇ ਜਾਣ ਲੱਗ ਗਈ, ਸੰਗਤ ਨਾਲ ਸੀ ਸਭ ਕੁਛ, ਉਹਨਾਂ ਦੀ ਡਿਊਟੀ ਸੀ ਸੰਗਤ ਨੂੰ ਉਪਦੇਸ਼ ਕਰਨਾ, ਉਹਨਾਂ ਦਾ ਕੰਮ ਉਪਦੇਸ਼ ਕਰਨਾ ਸੀ, ਹੋਰ ਕੰਮ ਨਹੀਂ ਸੀ ਉਹਨਾਂ ਦਾ ਕੋਈ। ਸਿੱਖਾਂ ਦਾ ਕੰਮ ਵੀ ਉਪਦੇਸ਼ ਕਰਨਾ ਹੀ ਹੈ, ਇਹ ਗੁਰਦੁਆਰਿਆਂ 'ਚ ਹੋਣਾ ਚਾਹੀਦਾ ਸੀ, ਇਹ ਤਾਂ ਹੋ ਨਹੀਂ ਰਿਹਾ ਹੁਣ, ਇਹ ਤਾਂ ਹੋ ਨਹੀਂ ਰਿਹਾ, ਇਹ ਨਹੀਂ ਹੋ ਰਿਹਾ, ਇਹ ਤੋਂ ਵਿਰੁੱਧ ਕੁਛ ਹੋ ਰਿਹਾ। ਫਿਰ ਜੇ ਇਹ ਨਹੀਂ ਹੋ ਰਿਹਾ ਤਾਂ ਨੁਕਸਾਨ ਹੈ ਗੁਰਦੁਆਰਿਆਂ ਦਾ, ਫਿਰ ਉਹ ਗੁਰਦੁਆਰੇ ਨੁਕਸਾਨ ਕਰ ਰਹੇ ਨੇ। ਫਿਰ ਜੇ ਸੱਚ ਔਰ ਝੂਠ ਵਿਚਾਲੇ ਦਾ ਕੁਛ ਹੈ ਹੀ ਨਹੀਂ, ਜੇ ਸੱਚ ਦਾ ਪ੍ਰਚਾਰ ਨਹੀਂ ਹੋਇਆ ਤਾਂ ਝੂਠ ਦਾ ਜ਼ਰੂਰ ਹੋ ਰਿਹਾ ਉੱਥੇ, ਸੱਚ ਤੋਂ ਵਿਰੁੱਧ ਹੈ ਪ੍ਰਚਾਰ ਹੋ ਰਿਹਾ। ਇਹਦਾ ਮਤਲਬ ਜੇ ਸੱਚ ਤੋਂ ਵਿਰੁੱਧ ਹੋ ਰਿਹਾ ਤਾਂ ਪ੍ਰਚਾਰ ਥੋੜ੍ਹਾ ਵਿਰੋਧ ਹੋਵੇ ਚਾਹੇ, ਇਹ ਤਾਂ ਨਹੀਂ ਵਿਰੁੱਧ ਕਰਨਾ, ਪਰ ਸੱਚ ਦਾ ਜੇ ਪ੍ਰਚਾਰ ਨਹੀਂ ਹੋ ਰਿਹਾ ਤਾਂ ਝੂਠ ਦਾ ਹੋ ਰਿਹਾ। ਝੂਠ ਕਿੰਨੇ ਪ੍ਰਸੈਂਟ ਹੈ ਉਹ ਅਲੱਗ ਗੱਲ ਹੈ, ਪਿਓਰ ਸੱਚ ਕਿੱਥੋਂ ਮਿਲੂ ਫਿਰ, ਪਿਓਰ ਸੱਚ ਜੋ ਕੌਣ ਕੱਢੂ ਗੁਰਬਾਣੀ ਚੋਂ ਕਿੱਥੋਂ ਮਿਲੂਗਾ। ਕਾਬੇ ਤੇ ਕੁਫਰ ਚੱਲ ਪਵੇ ਤੇ ਫਿਰ ਸੱਚ ਤਾਂ ਰਹਿਣਾ ਨਹੀਂ ਕਿਤੇ ਵੀ, ਕੁਫਰ ਫੈਲਣਾ, ਕੁਫਰ ਫੈਲ ਗਿਆ, ਕੁਫਰ ਸਾਰਾ ਕੁਫਰ ਸੰਤਾਂ ਦੇ ਮਗਰ ਪੈਂਦੇ ਨੇ, ਜਿਹੜੇ ਸੰਤਾਂ ਦੇ ਮਗਰ ਪੈਂਦੇ ਨੇ ਆਪਣੇ ਅੰਦਰ ਝਾਕ ਕੇ ਦੇਖਣ ਤੁਸੀਂ ਕਿਹੋ ਜਿਹੇ ਹੋ, ਤੁਸੀਂ ਕਿਹੋ ਜਿਹੇ ਹੋ ਆਪ ਦੇਖੋ, ਅਸੀਂ ਇਹੋ ਜਿਹੇ ਹਾਂ। ਗੁਰੂ ਨਾਲ ਨਹੀਂ ਜੋੜਦੇ ਉਹ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ, ਜਿਹੜੇ ਕਹਿੰਦੇ ਗੁਰੂ ਵਾਲੇ ਬਣੋ ਅਸੀਂ ਗੁਰੂ ਨਾਲ ਜੋੜਦੇ, ਸੰਤ ਆਪ ਨਾਲ ਜੋੜਦੇ ਨੇ, ਅਸਲ ਦੇ ਵਿੱਚ ਉਹ ਆਪਣੀ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਨਹੀਂ ਜੋੜਦੇ ਕੋਈ, ਗੁਰੂ ਨਾਲ ਆਪ ਨਹੀਂ ਜੁੜੇ ਹੋਏ, ਗੁਰਬਾਣੀ ਨਾਲ ਤਾਂ ਆਪ ਨਹੀਂ ਜੁੜੇ ਹੋਏ। ਝੂਠ ਬੋਲਦੇ ਨੇ ਉਹ ਵੀ ਉਨੇ ਹੀ ਕਪਟੀ ਨੇ ਜਿੰਨੇ ਸੰਤ ਕਪਟੀ ਨੇ, ਜੇ ਸੰਤਾਂ ਨੂੰ ਕਪਟੀ ਕਹਿੰਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਕਪਟੀ ਨੇ, ਇਹ ਸਿਆਸਤਦਾਨਾਂ ਦੇ ਚੇਲੇ ਨੇ। ਗੋਲਕ ਨਾਲ ਜੋੜ ਕੇ ਉਹ ਗੋਲਕ ਨਾਲ ਜੋੜਦੇ ਨੇ, ਗੁਰੂ ਨਾਲ ਜੋੜਨਾ ਗੁਰਬਾਣੀ ਨਾਲ ਜੋੜ ਕੇ ਦਿਖਾਓ, ਗੁਰਬਾਣੀ ਨਾਲ ਜੁੜ ਕੇ ਦਿਖਾਓ, ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਉਹ ਗੁਰੂ ਨਾਲ ਜੁੜਿਆ ਹੋਇਆ, ਜਿਹੜਾ ਅੰਮ੍ਰਿਤ ਛਕਾ ਕੇ ਕਹਿੰਦਾ ਗੁਰੂ ਨਾਲ ਜੁੜ ਗਏ, ਉਹ ਗੋਲਕ ਨਾਲ ਜੋੜੇ ਨੇ ਵੀ ਸਰਸੇ ਨਾਲ ਜਾਓ ਸਾਡੇ ਉੱਥੇ ਗੋਲਕ 'ਤੇ ਜਾਓ, ਉੱਥੇ ਮੱਥਾ ਟੇਕ, ਗੱਲ ਤਾਂ ਗੋਲਕ ਦੀ ਰਹਿ ਗਈ। ਗੁਰੂ ਦੀ ਗੱਲ ਨਾਲ ਜੋੜਦੇ ਆ ਪੈਦਾ ਨਹੀਂ ਹੁੰਦੇ ਨਾ ਸਰਸੇ ਵਾਲਾ ਨਾ ਕੋਈ ਸੰਤ, ਸਵਾਲ ਨਹੀਂ ਸੀ ਪੈਦਾ ਹੁੰਦਾ ਕੁਛ ਪੈਦਾ, ਨਾ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ, ਇਹ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ, ਇਹ ਮਨਮਾਨੀ ਨਹੀਂ ਸੀ ਕਰਦੇ, ਅਕਾਲ ਤਖ਼ਤ 'ਤੇ ਕੋਈ ਕਬਜ਼ਾ ਨਹੀਂ ਸੀ ਕਰ ਸਕਦਾ, ਕਿ ਗੁਰੂ ਨਾਲ ਕੋਈ ਵੀ ਨਹੀਂ ਜੁੜਿਆ ਹੋਇਆ, ਇਮਾਨਦਾਰ ਕੋਈ ਵੀ ਨਹੀਂ ਹੈ। ਦੇਖ ਲਿਆ ਨਾ ਇਮਾਨਦਾਰੀ ਛੱਡ ਕੇ ਗੁਰੂ ਨਾਲ ਜੁੜ ਤੋਂ ਪਰੇ ਹੋ ਕੇ ਸਿੱਖਾਂ ਨੇ, ਹੁਣ ਗੁਰੂ ਨਾਲ ਜੁੜਨ ਵਾਲੀ ਗੱਲ ਕਰਨੀ ਪੈਣੀ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ, ਨਾਨਕ ਗਾਵੀਏ ਗੁਣੀ ਨਿਧਾਨ, ਐਂਡ ਦੇ ਵਿੱਚ ਕਹਿੰਦੇ ਨੇ ਇਹ ਗੁਣੀ ਨਿਧਾਨ ਹੈ ਜਿਹੜਾ, ਗੁਣਾਂ ਦਾ ਸਮੁੰਦਰ ਹੈ ਜਿਹੜਾ ਸਾਗਰ ਹੈ, ਉਹਦਾ ਗੁਣ ਗਾਇਨ ਕਰਨਾ ਚਾਹੀਦਾ। ਗੁਣ ਕਹਿ ਗੁਣੀ ਸਮਾ ਬਣਿਆ, ਉਹਦੇ ਗੁਣ ਗਾਉਂਦਾ ਗਾਉਂਦਾ ਗੁਣੀ ਨਿਧਾਨ 'ਚ ਸਮਾ ਜਾਂਦਾ ਹੁੰਦਾ, ਸਮਾ ਚਾਹੀਦਾ, ਉਹਦੇ ਗੁਣ ਕਹਿੰਦੇ ਕਹਿੰਦੇ ਗੁਣੀ ਨਿਧਾਨ ਦੇ ਵਿੱਚ ਸਮਾ ਚਾਹੀਦਾ। ਜੇ ਗੁਣੀ ਨਿਧਾਨ ਨਾਲ ਜੁੜਨਾ ਹੈ ਉਹਦਾ ਗੁਣ ਗਾਇਨ ਕਰੋ, ਨਾਨਕ ਗਾਵੀਏ ਗੁਣੀ ਨਿਧਾਨ। ਕਿਸੇ ਬੰਦੇ ਦਾ ਗੁਣ ਨਹੀਂ ਗਾਉਣਾ ਚਾਹੀਦਾ, ਕਿਸੇ ਦੇਵੀ ਦੇਵਤੇ ਦਾ ਗੁਣ ਨਹੀਂ ਗਾਉਣਾ ਚਾਹੀਦਾ, ਕਿਸੇ ਉਹ ਚੀਜ਼ ਦਾ ਗੁਣ ਗਾਇਨ ਨਹੀਂ ਕਰਨਾ ਚਾਹੀਦਾ ਜਿਹਨੂੰ ਆਦਮੀ ਨੇ ਬਣਾਇਆ, ਥਾਪਿਆ ਨਾ ਜਾਏ,
ਕੀਤਾ ਨਾ ਹੋਏ ਸਾਡੀ ਬਣਾਈ ਹੋਈ ਚੀਜ਼ ਜਿਹੜੀ ਹੈ ਉਹਦਾ ਗੁਣਗਾਨ ਨਹੀਂ ਕਰਨਾ ਚਾਹੀਦਾ ਜਿਹਨੂੰ ਪਰਮੇਸ਼ਰ ਨੇ ਵੀ ਬਣਾਇਆ ਉਹਦਾ ਗੁਣਗਾਨ ਨਹੀਂ ਕਰਨਾ ਚਾਹੀਦਾ ਕਰਤੇ ਦਾ ਗੁਣਗਾਨ ਕਰਨਾ ਕਿਰਤ ਦਾ ਨਹੀਂ ਕਰਨਾ ਜੋ ਕਿਰਤ ਹੈ ਜਿੱਥੇ ਤੱਕ ਉਹਦਾ ਕੋਈ ਗੁਣਗਾਨ ਨਹੀਂ ਹੈ ਬਾਣੀ ਜਾਤ ਨਹੀਂ ਦਿੰਦੀ ਗੁਰਬਾਣੀ ਕਹਿੰਦੀ ਹੈ ਬਿਲਕੁਲ ਨਹੀਂ ਇਹ ਕਰਨਾ ਜਿਹੜਾ ਗੁਰਬਾਣੀ ਕਹਿੰਦੀ ਹੈ ਕੰਮ ਨਹੀਂ ਕਰਨਾ ਉਹ ਅਸੀਂ ਕਰਨਾ ਵੀ ਨਹੀਂ ਪ੍ਰਚਾਰ ਵੀ ਕਰਨਾ ਵੀ ਆਹ ਨਹੀਂ ਕਰਨਾ ਜੇ ਅਸੀਂ ਨਹੀਂ ਕਹਾਂਗੇ ਪ੍ਰਚਾਰ ਕਰਾਂਗੇ ਕੌਣ ਕਰੂਗਾ ਆਹ ਕਰਨਾ ਜੇ ਕੋਈ ਕਹੇ ਆਹ ਉਲਟਾ ਕਹੇ ਤਾਂ ਅਸੀਂ ਕਹਿੰਦੇ ਅਸੀਂ ਕਹਾਂਗੇ ਉਲਟਾ ਕਹਿੰਦੇ ਗੱਲ ਗਲਤ ਹੈ ਇਹ ਨਹੀਂ ਕਰਨਾ ਗੁਰਬਾਣੀ ਆਹ ਕਹਿੰਦੀ ਹੈ ਪਿੱਛੇ ਵੀ ਮੱਤਾਂ ਇੱਦਾਂ ਕਹਿੰਦੀਆਂ ਰਹੀਆਂ ਨੇ ਉਲਟੀਆਂ ਪਿਛਲੀਆਂ ਮੱਤਾਂ ਦਾ ਜੋ ਉਲਟ ਕੰਮ ਸੀ ਉਹਨੂੰ ਗੁਰਬਾਣੀ ਰੋਕਦੀ ਹੋਈ ਹੈ ਵੀ ਆਹ ਨਹੀਂ ਕਰਨਾ ਆਹ ਕਰਨਾ ਗੁਰ ਕਹਿਆ ਤੋਂ ਕਰ ਕਮਾਵੋ ਜੋ ਕਿਹਾ ਹੋਇਆ ਗੁਰਬਾਣੀ 'ਚ ਉਹੀ ਕਰਨਾ ਗੁਣੀ ਨਿਧਾਨ ਕੌਣ ਹੈ ਗੁਣੀ ਨਿਧਾਨ ਪਰਮੇਸ਼ਰ ਜੀ ਸਾਰੇ ਗੁਣੇ ਗੁਣ ਨੇ ਗੁਰਸਾਗਰ ਰਤਨੀ ਨਹੀਂ ਤੋਟ ਸਾਚ ਪਦਾਰਥ ਲਾਲ ਅਖੋਟ ਅਖੋਟ ਖੋਟ ਹੈ ਨਹੀਂ ਖੋਟ ਨਹੀਂ ਹੈ ਬਿਲਕੁਲ ਜਿੱਥੇ ਝੂਠ ਹੈ ਉੱਥੇ ਖੋਟ ਹੈ ਜਿੱਥੇ ਮਾਇਆ ਉੱਥੇ ਖੋਟ ਹੈ ਮਾਇਆ ਝੂਠ ਹੈ ਜਿੱਥੇ ਆ ਗਈ ਮਾਇਆ ਉੱਥੇ ਖੋਟ ਹੈ ਜਿੱਥੇ ਮਾਇਆ ਦੀ ਆ ਗਈ ਗੱਲ ਉਹ ਖੋਟ ਹੈ ਜੋ ਅੱਖਾਂ ਨੂੰ ਦੀਦੀ ਉਹ ਸਭ ਖੋਟ ਹੈ ਮਾਇਆ ਜੋ ਅੱਖਾਂ ਨੂੰ ਦੀਦੀ ਉਹਦੀ ਵਡਿਆਈ ਨਹੀਂ ਕਰ ਸਕਦੇ ਅਸੀਂ ਗੁਰਬਾਣੀ ਦਾ ਵਡਿਆਈ ਆਪ ਕੀਤੀ ਹੋਈ ਹੈ ਗੁਰਬਾਣੀ ਦਾ ਹੈ ਉਹ ਵਡਿਆਈ ਕਿਹਦੀ ਵਡਿਆਈ ਹੈ ਪਰਮੇਸ਼ਰ ਦੀ ਵਡਿਆਈ ਹੈ ਗੁਰਬਾਣੀ ਗੁਰਬਾਣੀ ਦਾ ਆਪਣੇ ਆਪ ਜਿਹੇ ਗੁਣ ਗਾਇਨ ਹੈ ਇਹਦਾ ਗੁਣਗਾਇਨ ਅਸੀਂ ਕੀ ਕਰਾਂਗੇ ਗੁਣਗਾਇਨ ਦਾ ਗੁਣਗਾਇਨ ਨਹੀਂ ਕੀਤਾ ਕਰੀਦਾ ਹੁੰਦਾ ਜਿਹਦਾ ਗੁਣਗਾਇਨ ਕੀਤਾ ਉਵੇਂ ਕਰੀਦਾ ਜਿਵੇਂ ਗੁਰਬਾਣੀ ਨੇ ਕਰਿਆ ਫਿਰ ਪਰਮੇਸ਼ਰ ਨਾਲ ਤਾਂ ਟੁੱਟ ਗਿਆ ਸੀ ਜਿੱਥੇ ਗੁਰਬਾਣੀ ਜੋੜਦੀ ਉੱਥੇ ਜੁੜ ਨਹੀਂ ਸਕਣਾ